ਆਵੇ ਚਾਰ ਆਵੇ ਆਏ ਤਾਂ ਗਿਣ ਲਿਆ ਗਿਣ ਲਿਆ ਆਵੇ ਪੰਜ ਛੇ ਗਿਣਤੀ ਮਾਰੀ ਚੱਲ ਦਸ ਗਿਆਰਾਂ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਦੱਸਦੇ ਕਿ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਕਿਸਾਨ ਦੇ ਵੱਲੋਂ ਅਫੀਮ ਦੇ ਪੌਦੇ ਬੀਜੇ ਗਏ ਸੀ ਇੱਕ ਏਕੜ ਦੇ ਵਿੱਚ ਕਿਸਾਨ ਅਫੀਮ ਬੀਜੀ ਬੈਠਾ ਸੀ ਤਾਂ ਪੁਲਿਸ ਦੇ ਵੱਲੋਂ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਮੌਕੇ ਤੋਂ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਖੇਤਾਂ ਦੇ ਵਿੱਚ ਹੀ ਅਫੀਮ ਦੀ ਖੇਤੀ ਇਸ ਕਿਸਾਨ ਦੇ ਵੱਲੋਂ ਸ਼ੁਰੂ ਕੀਤੀ ਸੀ ਮੋਗਾ ਦੀ ਧਰਮਕੋਟ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਪੁਲਿਸ ਨੇ 7.5 ਕਿਲੋ ਪੋਸਤ ਦੇ ਬੂਟੇ ਬਰਾਮਦ ਕੀਤੇ ਨੇ ਮੋਗਾ ਦੇ ਪਿੰਡ ਜੀਂਦੜਾ ਦੇ ਵਿੱਚ ਕੁਲਵੰਤ ਸਿੰਘ ਨਾਮ ਦੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਇਹ ਅਫੀਮ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਦਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ ਦੱਸਦੀਏ ਕਿ ਅਫੀਮ ਦੀ ਖੇਤੀ ਦੇ ਨਾਲ ਨਾਲ ਕਣਕ ਔਰ ਆਲੂ ਜਿਹੜੇ ਉਹ ਲਗਾਏ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਮੌਕੇ ਤੋਂ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਜੀਂਦੜੇ ਦੇ ਵਿੱਚ ਕਿਸੇ ਜ਼ਿਮੀਦਾਰ ਨੇ ਖੇਤਾਂ ਦੇ ਵਿੱਚ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਹਦੇ 'ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਮਦ ਕੀਤੀ ਹੈ ਕਿੰਨੇ ਕੁ ਬੂਟੇ ਲਗਾਏ ਗਏ ਸੀ ਜੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਬਰਾਮਦ ਹੋਏ ਨੇ ਕਾਰਵਾਈ ਕੀ ਕੀਤੀ ਗਈ ਕਾਰਵਾਈ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੀ ਏਕੜ ਦੇ ਵਿੱਚ ਬੀਜੇ ਹੋਏ ਸੀ ਸਰ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ ਤੇ ਉੱਥੋਂ ਬੂਟੇ ਪੱਟ ਲੈਂਦੇ ਸਰ ਹਾਂਜੀ ਹਾਂਜੀ ਬੂਟੇ ਦੀ ਜਿਹੜੀ ਡੋਡਿਆਂ ਦੀ ਫਸਲ ਹੈ ਉਹ ਅਸੀਂ ਪੱਟ ਕੇ ਨਸ਼ਟ ਕਰ ਦਿੱਤੀ ਹੈ ਆਵੇ ਚਾਰ ਆਵੇ ਆਏ ਤਾਂ ਗਿਣ ਲਿਆ ਗਿਣ ਲਿਆ ਆਵੇ ਪੰਜ ਛੇ ਗਿਣਤੀ ਮਾਰੀ ਚੱਲ ਦਸ ਗਿਆਰਾਂ ਕਿਸਾਨ ਦੇ ਵੱਲੋਂ ਆਪਣੇ ਖੇਤਾਂ ਦੇ ਵਿੱਚ ਅਫੀਮ ਦੀ ਖੇਤੀ ਸ਼ੁਰੂ ਕੀਤੀ ਗਈ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਐਕਸ਼ਨ ਕੀਤਾ ਗਿਆ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਦੱਸਦੇ ਕਿ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਕਿਸਾਨ ਦੇ ਵੱਲੋਂ ਅਫੀਮ ਦੇ ਪੌਦੇ ਬੀਜੇ ਗਏ ਸੀ ਇੱਕ ਏਕੜ ਦੇ ਵਿੱਚ ਕਿਸਾਨ ਅਫੀਮ ਬੀਜੀ ਬੈਠਾ ਸੀ ਤਾਂ ਪੁਲਿਸ ਦੇ ਵੱਲੋਂ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਮੌਕੇ ਤੋਂ ਕਿਸਾਨ ਨੂੰ ਗ੍ਰਿਫਤਾਰ ਕੀਤਾ ਗਿਆ ਖੇਤਾਂ ਦੇ ਵਿੱਚ ਹੀ ਅਫੀਮ ਦੀ ਖੇਤੀ ਇਸ ਕਿਸਾਨ ਦੇ ਵੱਲੋਂ ਸ਼ੁਰੂ ਕੀਤੀ ਸੀ ਮੋਗਾ ਦੀ ਧਰਮਕੋਟ ਪੁਲਿਸ ਦੇ ਵੱਲੋਂ ਇਹ ਐਕਸ਼ਨ ਕੀਤਾ ਗਿਆ ਪੁਲਿਸ ਨੇ 7.5 ਕਿਲੋ ਪੋਸਤ ਦੇ ਬੂਟੇ ਬਰਾਮਦ ਕੀਤੇ ਨੇ ਮੋਗਾ ਦੇ ਪਿੰਡ ਜੀਂਦੜਾ ਦੇ ਵਿੱਚ ਕੁਲਵੰਤ ਸਿੰਘ ਨਾਮ ਦੇ ਕਿਸਾਨ ਨੇ ਆਪਣੇ ਖੇਤਾਂ ਦੇ ਵਿੱਚ ਇਹ ਅਫੀਮ ਦੀ ਖੇਤੀ ਸ਼ੁਰੂ ਕੀਤੀ ਸੀ ਜਿਸ ਦਾ ਪੁਲਿਸ ਦੇ ਵੱਲੋਂ ਪਰਦਾ ਫਾਸ਼ ਕੀਤਾ ਗਿਆ ਦੱਸਦੀਏ ਕਿ ਅਫੀਮ ਦੀ ਖੇਤੀ ਦੇ ਨਾਲ ਨਾਲ ਕਣਕ ਔਰ ਆਲੂ ਜਿਹੜੇ ਉਹ ਲਗਾਏ ਹੋਏ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਛਾਪਾ ਮਾਰਿਆ ਗਿਆ ਮੌਕੇ ਤੋਂ ਅਫੀਮ ਦੇ ਬੂਟੇ ਪੱਟ ਕੇ ਨਸ਼ਟ ਕੀਤੇ ਗਏ ਅੱਜ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਜੀਂਦੜੇ ਦੇ ਵਿੱਚ ਕਿਸੇ ਜ਼ਿਮੀਦਾਰ ਨੇ ਖੇਤਾਂ ਦੇ ਵਿੱਚ ਆਲੂ ਅਤੇ ਕਣਕ ਦੀ ਫਸਲ ਦੇ ਵਿੱਚ ਡੋਡੇ ਬੀਜੇ ਹੋਏ ਨੇ ਜਿਹਦੇ 'ਤੇ ਸਾਡੀ ਪੁਲਿਸ ਪਾਰਟੀ ਨੇ ਰੇਡ ਕੀਤਾ ਅਤੇ ਉੱਥੋਂ ਡੋਡੇ ਦੀ ਫਸਲ ਬਰਾਮਦ ਕੀਤੀ ਹੈ ਕਿੰਨੇ ਕੁ ਬੂਟੇ ਲਗਾਏ ਗਏ ਸੀ ਜੀ ਗਿਣਤੀ ਤਾਂ ਨਹੀਂ ਹੈ ਕਰੀਬ 50 ਤੋਂ 100 ਦੇ ਵਿੱਚ ਬੂਟੇ ਹੋਣਗੇ ਜਿਹੜੇ ਬਰਾਮਦ ਹੋਏ ਨੇ ਕਾਰਵਾਈ ਕੀ ਕੀਤੀ ਗਈ ਕਾਰਵਾਈ ਅਸੀਂ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਪਰਚਾ ਦਰਜ ਕਰਕੇ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹਾਂ ਕਿੰਨੀ ਏਕੜ ਦੇ ਵਿੱਚ ਬੀਜੇ ਹੋਏ ਸੀ ਸਰ ਇਹ ਕਰੀਬ 1 ਏਕੜ ਦੇ ਵਿੱਚ ਬੂਟੇ ਲਾਏ ਹੋਏ ਸੀ
ਉੱਥੋਂ ਬੂਟੇ ਪੱਟ ਲੈਂਦੇ ਸਰ? ਹਾਂਜੀ ਹਾਂਜੀ, ਬੂਟੇ ਦੀ ਜਿਹੜੀ ਡੋਡਿਆਂ ਦੀ ਫਸਲ ਹੈ ਉਹ ਅਸੀਂ ਪੱਟ ਕੇ ਨਸ਼ਟ ਕਰ ਦਿੱਤੀ ਹੈ।